ਵਿਰਿੰਦਰ ਜੀ ਮੈਨੂੰ ਗਿੱਦੜਬਾਜ਼ ਕੋਈ ਨਹੀਂ ਜਾਣਦਾ ਸੀ ਮੈਂ ਮੁਕਸਰ ਦਾ ਰਹਿਣ ਵਾਲਾ ਸੀ ਮੇਰੀ ਵੋਟ ਵੀ ਮੁਕਸਰ ਆ ਪਿੰਡ ਵਿੜਗੀ ਵੀ ਮੁਕਸਰ ਆ ਲੰਬੀ ਬਾਦਲ ਸਾਹਿਬ ਕੋਲੇ ਸੀ ਗਿੱਦੜਬਾ ਮਲੋਟ ਰਿਜ਼ਰਵ ਸੀ ਤੇ ਗਿੱਦੜਬਾ ਓਪਨ ਸੀ ਮੈਂ ਕਿਹਾ ਚੱਲ ਯਾਰ ਗਿੱਦੜਬਾ ਨੂੰ ਚੱਲਦੇ ਇੱਥੇ ਆਪਦਾ ਝੋਲਾ ਬਣਾਈਏ ਹਾਰਾਂਗੇ ਕੋਈ ਨਹੀਂ ਪਰ ਆਪਦਾ ਝੋਲਾ ਤਾਂ ਬਣਾਈਏ ਕਿਸੇ ਦਾ ਝੋਲਾ ਚੱਕਣ ਮੈਂ ਕਾਰਡ ਬਣਾਇਆ ਲੋਕ ਹੱਸਦੇ ਹੁੰਦੇ ਸੀ ਮੈਂ ਉਸ ਕਾਰਡ ਤੇ ਵਿਜ਼ਿਟਿੰਗ ਕਾਰਡ ਤੇ ਆਪਦੀ ਫੋਟੋ ਛਾਪੀ ਤੇ ਮੈਨੂੰ ਜਾਣਦਾ ਨਹੀਂ ਪੰਜਾਬੀ ਚੋਂ ਕਾਰਡ ਬਣਾਇਆ ਤੇ ਮੈਂ ਘਰ ਘਰ ਜਾ ਕੇ ਉਹ ਕਾਰਡ ਦਿੰਦਾ ਸੀ ਐਵੇਂ ਉਹ ਬੇਬੇ ਦੇ ਪੈਰੀ ਹੱਥ ਲਾਉਂਦਾ ਜੀ ਮੈਂ ਰਾਜਾ ਵੜੇ ਉਹ ਗੇਟ ਬੰਦ ਕਰ ਲਿਆ ਭਾਈ ਤੈਨੂੰ ਬੁਲਾਇਆ ਨਹੀਂ ਤੂੰ ਕਿਹੜਾ ਕੋਈ ਮੈਨੂੰ ਆਪਣੇ ਆਪ ਨੂੰ ਕਈ ਵਾਰੀ ਸ਼ਰਮ ਆਉਣੀ ਹੈ ਯਾਰ ਕੀ ਬਣੂਗਾ ਪਰ ਮੈਂ ਇੱਕ ਇੱਕ ਘਰ ਤੁਰ ਕੇ ਗਿੱਦੜਬਾ ਦੇ ਪਿੰਡ ਚ ਗਿਆ ਟਿਕਟ ਲੈਣ ਤੋਂ ਪਹਿਲਾਂ ਮੈਂ ਗੁਰਦੁਆਰੇ ਦੇ ਭਾਈ ਸਾਹਿਬ ਨਾਲ ਕੰਟੈਕਟ ਰੱਖਦਾ ਹੁੰਦਾ ਸੀ ਵੀ ਮੈਨੂੰ ਕੋਈ ਜਾਣਦਾ ਨਹੀਂ ਜਿੱਦੇ ਕੋਈ ਭੋਗ ਹੋਵੇ ਬਾਬਾ ਜੀ ਮੈਨੂੰ ਸੱਦ ਲਿਓ ਮੈਂ ਪਿੰਡ ਦੇ ਚੌਕੀਦਾਰ ਨਾਲ ਕੰਟੈਕਟ ਰੱਖਦਾ ਸੀ ਮੇਰਾ ਕੋਈ ਵਾਰਤਾਲਾਪ ਨਹੀਂ ਸੀ ਪਿੰਡ ਦਾ ਕਿਉਂਕਿ ਮੈਂ ਉੱਥੇ ਕਿਹੜਾ ਫਾਇਦਾ ਹੋਇਆ ਗਿੱਦੜਬਾ ਚ ਉਹਨਾਂ ਚੌਕੀਦਾਰ ਸਹਿਬਾਨਾਂ ਨੇ ਉਹਨਾਂ ਗੁਰਦੁਆਰੇ ਦੇ ਭਾਈ ਸਹਿਬਾਨਾਂ ਨੇ ਹੌਲੀ ਹੌਲੀ ਮੈਂ ਸਟੇਜ ਤੇ ਸਟੇਜ ਸਕੱਤਰ ਬਣ ਲੱਗ ਪਿਆ ਸਟੇਜ ਸਕੱਤਰ ਤੋਂ ਫਿਰ ਹੌਲੀ ਹੌਲੀ ਮੈਂ ਸ਼ਰਧਾਂਜਲੀ ਦੇਣ ਲੱਗ ਪਿਆ ਫਿਰ ਲੋਕ ਕਹਿੰਦੇ ਲਾਉਣ ਲੱਗ ਪਏ ਇਹਨੇ ਨਾਲ ਜਾਣ ਪਛਾਣ ਪਹਿਲਾਂ ਕੋਈ ਭੋਗ ਤੇ ਨਹੀਂ ਬੁਲਾਉਂਦਾ ਹੁੰਦਾ ਸੀ ਮੈਂ ਬੈਠਾ ਰਹਿੰਦਾ ਸੀ ਫਿਰ ਹੌਲੀ ਹੌਲੀ ਸਟੇਜ ਤੇ ਮੈਂ ਲੋਕਾਂ ਨੂੰ ਬੁਲਾਉਂਦਾ ਸੀ ਹੁਣ ਢੀਂਡਸਾ ਸਾਹਿਬ ਜੀ ਸ਼ਰਧਾਂਜਲੀ ਦੇਣਗੇ ਫਿਰ ਕਿਤੇ ਸਿਫਾਰਸ਼ ਪਾ ਕਹਿੰਦਾ ਸੀ ਜੀ ਮੈਨੂੰ ਬੁਲਾ ਦਿਓ ਅੱਜ ਮੈਂ ਸ਼ਰਧਾਂਜਲੀ ਇੱਕ ਵਾਰੀ ਦੇਖ ਤਾਂ ਲਓ ਰੈਲੀ ਤੇ ਤਾਂ ਬਣਾਉਣਾ ਕੀ ਹੈ ਕਿਸੇ ਰੈਲੀ ਤੇ ਚੜ੍ਹਨ ਵੇਲੇ ਗੱਦੇ ਕੁਰਸੀਆਂ ਦੇ ਪਹਿਲਾਂ ਬੰਦੇ ਲੋਕ ਬਿਠਾ ਦਿੱਤੇ ਜਾਂਦੇ ਸੀ ਕਿ ਰਾਜਾ ਵੜਿੰਗ ਜੇ ਕੁਰਸੀ ਕਿਸੇ ਵੀ ਸਟੇਜ ਤੇ 25 ਕੁਰਸੀਆਂ ਤੇ ਜੇ ਬੈਠੂਗਾ ਇਹਨੂੰ ਬਹਿਣ ਨਹੀਂ ਦੇਣਾ ਇੱਥੇ ਬੰਦਾ ਪਾ ਦਿਓ ਤੇ ਬੜੀ ਜੱਦੋਜਹਿਦ ਕਰਕੇ ਸਟੇਜ ਤੇ ਚੜ੍ਹਨ ਦੀ ਲੜਾਈ ਹੁੰਦੀ ਸੀ ਬੋਲਣ ਦੀ ਲੜਾਈ ਤਾਂ ਲੱਖ ਗੁਣਾ ਵੱਧ ਦੀ ਆ ਇਹ ਸੱਚ ਪ੍ਰੈਕਟੀਕਲ ਗੱਲ ਦੱਸ ਰਹੇ ਆਪਣੇ ਕੌੜੀ ਸਾਹਿਬ ਨੂੰ ਪੁੱਛ ਲਿਓ ਪਰ ਮੈਨੂੰ ਉਹ ਕਹਿੰਦੇ ਸੀ ਮੈਨੂੰ ਕੋਈ ਪੁੱਛਦਾ ਸੀ ਉਹ ਸੌਂਪ ਆਇਆ ਮੈਂ ਕਿਹਾ ਜੇ ਇਹਨਾਂ ਨੂੰ ਕਿਸੇ ਨੂੰ ਵੀ ਮਿਲੀ ਮੈਂ ਕਰੂੰਗਾ ਇੱਕ ਵਾਰੀ ਜਗਬੀਰ ਪ੍ਰਧਾਨ ਨੂੰ ਮੇਰੇ ਟਿਕਟ ਮੰਗਦੇ ਮੰਗਦੇ ਮਿਲ ਗਈ ਤੇ ਉਹਨੇ ਮੈਨੂੰ ਸੱਦਿਆ ਨਹੀਂ ਬੁਲਾਇਆ ਨਹੀਂ ਮੈਂ ਕਿਹਾ ਮੈਂ ਆ ਰਿਹਾ ਤੁਹਾਡੇ ਕਾਗਜ਼ ਭਰਾਉਣ ਤੁਹਾਨੂੰ ਦੱਸ ਰਿਹਾ ਸਾਰੇ ਮੁੰਡਿਆਂ ਨੂੰ ਉਹ ਖੁਸ਼ ਹੀ ਨਹੀਂ ਵੀ ਮੈਂ ਲੈ ਕੇ ਆਪਦਾ ਲਾਂਗੜ ਪੁੰਗੜ 20-25-30 ਬੰਦੇ ਤੇ ਮੈਂ ਕਾਗਜ਼ ਭਰਾਉਣ ਜਾ ਰਿਹਾ ਉਹਨੇ ਮੈਨੂੰ ਕੀ ਪੁੱਛਣਾ ਸੀ ਵੀ ਧੱਕੇ ਨਾਲ ਆਇਆ ਤਾਂ ਆਪ ਮੰਗਦਾ ਸੀ ਅਗਲੇ ਦਿਨ ਉਹ ਕਹਿੰਦਾ ਪਿੰਡਾਂ 'ਚ ਜਾਣਾ ਤੇ ਮੈਂ ਅੱਗੇ ਮਾਈਕ ਲੈ ਕੇ ਫੜ ਕੇ ਖੜਾ ਹੋ ਗਿਆ ਕਰਾਂ ਉਹ ਮੇਰੇ ਨਹੀਂ ਏਦਾਂ ਵੇਖਿਆ ਕਰਦਾ ਵੀ ਇਹ ਮੈਂ ਸਮਝ ਗਿਆ ਵੀ ਇਹ ਕਹਿੰਦਾ ਵੀ ਫਿਰ ਉਹਨਾਂ ਦੇ ਜਿਹੜੇ ਆਲੇ ਦੁਆਲੇ ਬੰਦੇ ਸੀ ਉਹ ਕਹਿੰਦੇ ਦੇਰ ਹੁੰਦੀ ਹੈ ਤੁਸੀਂ ਵੀ ਐਂ ਨਾ ਗੱਲ ਕਰੋ ਵੀ ਮਾਈਕ ਫੜ ਲੈਣੇ ਉਹਨੂੰ ਇਹ ਸੀ ਵੀ ਇਹ ਚਰਚਾ ਤੇ ਜਦੋਂ ਅੱਗੇ ਪ੍ਰਚਾਰ ਮੈਂ ਫਿਰ ਅਗਲੇ ਪਿੰਡ ਪਹਿਲਾਂ ਜਾਂਦਾ ਜਦੋਂ ਉੱਥੋਂ ਰਣਵੀਰ ਪ੍ਰਧਾਨ ਉੱਤਰ ਲੈਂਦਾ ਉਦੋਂ ਮੈਂ ਮਾਈਕ ਵਾਈਂਡ ਅਪ ਕਰ ਜਾਂਦਾ ਸੀ ਡਰਦਾ ਹੋਵੇ ਵੀ ਆਪਾਂ ਉਦੋਂ ਪਹਿਲਾਂ 15 ਮਿੰਟ ਬੋਲਦੇ ਏਦਾਂ ਕੰਮ ਚਲਾਇਆ